ਸੁਖਪਾਲ ਸਿੰਘ ਖਹਿਰਾ ਜੀ ਅੱਜ ਸਵੇਰੇ ਹੀ ਲਾਈਵ ਹੋ ਕੇ ਕੀ ਕਹਿ ਰਹੇ ਆ, ਆਓ ਸਾਰਿਆਂ ਦਾ ਸੁਣਦੇ ਆ। ਸਵਾਗਤ ਹੈ ਜੀ ਤੁਹਾਡਾ ਮੇਰੇ ਨਾਲ ਲਾਈਵ। ਇਹ ਲਾਈਵ ਇਸ ਲਈ ਕਰ ਰਿਹਾ ਕਿ ਜਿਹੜੇ ਚਲੋ ਮੇਰੇ ਤੇ ਪਰਚੇ ਪੁਰਚੇ ਹੋਏ ਆ ਚੱਲਦੇ ਰਹਿਣਗੇ, ਪਹਿਲਾਂ ਵੀ ਬਹੁਤ ਹੋਏ, ਗਾਂ ਵੀ ਚੱਲਣਗੇ। ਉਹਦੇ ਤਾਂ ਮੈਂ ਸਿਰਫ ਇਹ ਸੁਣਿਆ ਦੇਣਾ ਚਾਹੁੰਦਾ ਸਰਕਾਰ ਨੂੰ ਕਿ ਅਗਰ ਤੁਸੀਂ ਸਮਝਦੇ ਹੋ ਕਿ ਇਸ ਤਰ੍ਹਾਂ ਦੇ ਪਰਚੇ ਦਰਜ ਕਰਕੇ ਆਪਾਂ ਪੰਜਾਬ ਦੀ ਗੱਲ ਕਹਿਣ ਤੋਂ ਲੋਕਾਂ ਨੂੰ ਹਟਾ ਲਾਂਗੇ, ਉਹ ਤਬੀਅਤ ਅਰਵਿੰਦ ਕੇਜਰੀਵਾਲ ਦੀ ਤਾਂ ਹੋ ਸਕਦੀ ਆ। ਜਿਸ ਬੰਦੇ ਨੇ ਵਿਕਰਮ ਜੀਠੀਏ ਤੋਂ ਡਰਦਿਆਂ ਨੇ ਇੱਕ ਕਿਸਮ ਦੇ ਉਹਦੇ ਪੈਰਾਂ 'ਚ ਡਿੱਗ ਕੇ ਮਾਫ਼ੀ ਮੰਗੀ ਸੀ ਔਰ ਕਈਆਂ ਹੋਰਨਾਂ ਤੋਂ ਮੰਗੀ। ਮੇਰੇ ਖਿਆਲ ਉਸ ਵਕਤ ਉਹ ਫਾਈਨੈਂਸ ਮਿਨਿਸਟਰ ਸੀਗੇ ਆਪਣੇ ਦੇਸ਼ ਦੇ, ਕੀ ਨਾਂ ਸੀ ਉਹਨਾਂ ਦਾ, ਬੀਜੇਪੀ ਦੇ ਜੇਟਲੀ ਸਾਹਿਬ ਸਮੇਤ ਕਈਆਂ ਤੋਂ ਮਾਫ਼ੀ ਮੰਗੀ ਸੀ, ਕਈਆਂ ਤੋਂ ਦਰਜਨਾਂ 'ਚ ਮਾਫ਼ੀ ਮੰਗੀ, ਪੂਰੀ ਥੋਕ 'ਚ ਕਹਿੰਦੇ ਜਿਹਨੂੰ। ਪਰ ਜਿਹੜੇ ਪੰਜਾਬ ਦੇ ਜਿਹੜਾ ਸਾਡਾ ਵਿਰਸਾ ਸਾਡਾ ਪਿਛੋਕੜ ਆ, ਅਸੀਂ ਤਾਂ ਮਾਫ਼ੀ ਮੰਗਣ ਵਾਲਿਆਂ 'ਚੋਂ ਨਹੀਂ, ਅਸੀਂ ਤਾਂ ਲੜਾਂਗੇ। ਇਹ ਤਾਂ ਲੜਾਈ ਹੁਣ ਅੱਗੇ ਚੱਲੇਗੀ। ਇੱਕ ਤਾਂ ਇਹ ਸੁਣਿਆ ਸੀ ਮੇਰਾ। ਦੂਸਰਾ ਮੈਂ ਭਗਵੰਤ ਸਿੰਘ ਮਾਨ ਨੂੰ ਪੁੱਛਣਾ ਚਾਹੁੰਦਾ, ਸਿੰਘ ਤਾਂ ਵੈਸੇ ਕਹਿਣਾ ਨਹੀਂ ਚਾਹੀਦਾ, ਉਹ ਲਿਖਦਾ ਹੀ ਨਹੀਂ। ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਕਟਾਰੂ ਚੱਕ ਨੂੰ ਕਿਹੜੇ ਆਧਾਰ ਤੇ ਤੁਸੀਂ ਮੰਤਰੀ ਰੱਖਿਆ ਹੋਇਆ ਜੀ, ਦੱਸੋ ਜਰਾ, ਇਹ ਕਿੱਥੋਂ ਦਾ ਬਦਲਾਵ ਹੈ? ਤੁਸੀਂ ਕਹਿੰਦੇ ਸੀ ਅਸੀਂ ਸਿਆਸੀ ਬਦਲਾਵ ਲੈ ਕੇ ਆਵਾਂਗੇ, ਅਸੀਂ ਸਮਾਜਿਕ ਬਦਲਾਵ ਲੈ ਕੇ ਆਵਾਂਗੇ। ਸਮਾਜਿਕ ਬਦਲਾਵ ਜਿਹੜੇ ਬਲਾਤਕਾਰੀ ਨੇ, ਜਿਹੜੇ ਵੱਧ ਫੈਲੀਆਂ ਕਰਦੇ ਨੇ, ਉਹਨਾਂ ਨੂੰ ਮਿਨਿਸਟਰ ਬਣਾ ਕੇ ਸਾਹਮਣੇ ਰੱਖ ਕੇ ਲੋਕਾਂ ਦੇ ਸਾਹਮਣੇ ਹੈਂਕੜ ਦਿਖਾ ਕੇ ਕਿ ਅਸੀਂ ਤਾਂ ਰੱਖਾਂਗੇ ਇਹਨੂੰ, ਉਹਨੂੰ ਅਸੀਂ ਸੈਕਟਰੀਏਟ ਭੇਜਾਂਗੇ, ਉਹਦੇ ਕੋਲੋਂ ਸਰਕਾਰੀ ਕੰਮ ਕਰਾਵਾਂਗੇ, ਇੱਕ ਬਲਾਤਕਾਰੀ ਕੋਲੋਂ ਇੱਕ ਵਾਟ ਇਜ਼ ਕਾਲਡ ਵੱਧਫੈਲੀ ਕਰਨ ਵਾਲਾ ਮਿਨਿਸਟਰ, ਔਰ ਕਿਸ ਆਧਾਰ ਤੇ ਰੱਖਦੇ? ਮੈਂ ਤਾਂ ਇਹੀ ਪੁੱਛਣਾ ਚਾਹੁੰਦਾ, ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਠੀਕ ਹੈ ਤੁਸੀਂ ਜਲੰਧਰ 'ਚ ਵੋਟਾਂ ਪਾਤੀਆਂ, ਪਤਾ ਨਹੀਂ ਕਿਹੜੇ ਕਿਸ ਵਜ੍ਹਾ ਕਰਕੇ ਪਾਈਆਂ, ਸਰਪੰਚ ਡਰ ਗਏ ਜਾਂ ਪੰਚ ਡਰ ਗਏ ਜਾਂ ਕੌਂਸਲਰ ਡਰ ਗਏ। ਇਹਨਾਂ ਦੀ ਪਿਛਲੇ ਇੱਕ ਸਾਲ ਦੀ ਕਾਰਗੁਜ਼ਾਰੀ ਬਹੁਤ ਐਂਟੀ ਪੰਜਾਬ ਸੀਗੀ, ਸਾਰੇ ਅਫਸਰ ਦਿੱਲੀਓਂ ਲੱਗ ਰਹੇ ਨੇ। ਚੇਅਰਮੈਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਔਰਤ ਜਿਹੜੀ ਬੀਬੀ ਲਾਈ ਹੈ, ਕੌਣ ਲਾਈ ਹੈ ਦੱਸੋ ਜ਼ਰਾ? ਆਹ ਹੁਣ ਲਾਉਣ ਜਾ ਰਹੇ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਫਰੀਦਕੋਟ, ਪੰਜ ਨਾਮ ਸ਼ਾਰਟਲਿਸਟ ਕੀਤੇ ਨੇ, ਉਹਦੇ 'ਚ ਵੀ ਇੱਕ ਬੰਦਾ ਦਿੱਲੀਓਂ ਕੱਢ ਕੇ ਲੈ ਕੇ ਆ ਰਹੇ ਨੇ। ਮੈਂ ਅੱਜ ਫਿਰ ਕਹਿਣਾ ਚਾਹੁੰਦਾ ਕਿ ਕੋਈ ਬੰਦਾ ਅਸੀਂ ਦਿੱਲੀਓਂ ਇਦਾਂ ਤਾਂ ਕਦੀ ਟੋਲਰੇਟ ਨਹੀਂ ਕਰਾਂਗੇ। ਪੰਜਾਬ ਦੇ ਵਿੱਚ ਕੀ ਐਮੀਨੈਂਟ ਸਾਇੰਟਿਸਟ ਨੇਗੇ, ਡਾਕਟਰਸ ਨੇਗੇ? ਸੋ ਇਹ ਕੀ ਕਰ ਰਹੇ ਨੇ, ਸਾਲ ਇੱਕ ਇਹਨਾਂ ਨੇ ਕੀਤਾ ਕੀ ਆ ਸਵਾਏ NSA ਲਾਉਣ ਤੋਂ, ਚੱਕ ਕੇ ਸਾਡੇ ਬੱਚੇ ਆਸਾਮ ਦੀਆਂ ਜੇਲ੍ਹਾਂ ਦੇ ਵਿੱਚ ਨੌਜਵਾਨ ਭੇਜ ਦਿੱਤੇ ਨੇ। ਕੀ ਕੀਤਾ ਕੀ ਸੀਗਾ ਜਿਹੜੇ ਕਰਕੇ ਲੋਕ ਸਭਾ ਦੀ ਕਹਿੰਦੇ ਜੀ ਅਸੀਂ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਆ? ਸਿਰਫ ਮੈਨੀਪੂਲੇਸ਼ਨ ਕੀਤੀ ਆ, ਪੈਸਾ ਰੱਜ ਕੇ ਸ਼ਰਾਬਾਂ ਜੋ ਵੀ ਹੋ ਸਕਦਾ, ਚਲੋ ਉਸ ਗੱਲ ਨੂੰ ਛੱਡ ਦਿਓ, ਹੁਣ ਗੱਲ ਕਟਾਰੂ ਚੱਕ ਦੀ ਕਰਦੇ ਆ। ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ ਕਿਹੜੇ ਆਧਾਰ ਤੇ ਰੱਖਿਆ, ਦੱਸ ਤੋ ਦਿਓ, ਤੁਹਾਡੇ ਕੋਲ ਦਲੀਲ ਕੀ ਆ? ਅਖੇ ਜੀ ਇਹ ਪਰਸਨਲ ਲਾਈਫ ਹੈ, ਇਹ ਪਰਸਨਲ ਲਾਈਫ ਨਹੀਂ ਗੀ। ਉਹ ਜਿਹੜਾ ਸੈਕਸ਼ੂਅਲੀ ਐਕਸਪਲੋਇਟ ਕੀਤਾ ਉਹ ਮੁੰਡਾ, ਉਹ ਸ਼ੈਡਿਊਲ ਕਾਸਟ ਕਮਿਸ਼ਨ ਆਫ ਇੰਡੀਆ ਤੇ ਪਹੁੰਚਿਆ ਹੋਇਆ ਵਾ। ਉਹਨੇ ਅੱਜ ਤੋਂ 15 ਦਿਨ 10 ਦਿਨ ਪਹਿਲਾਂ ਇੱਕ ਅਰਜ਼ੀ ਦਿੱਤੀ ਉੱਥੇ ਕਿ ਮੇਰੇ ਨਾਲ ਮੇਰਾ ਸ਼ੋਸ਼ਣ ਹੋ ਰਿਹਾ ਵਾ, ਸੈਕਸ਼ੂਅਲ ਐਕਸਪਲੋਇਟੇਸ਼ਨ ਕਰ ਰਿਹਾ ਤੁਹਾਡਾ ਮਿਨਿਸਟਰ ਕਟਾਰੂ ਚੱਕ, ਤੇ ਤੁਸੀਂ ਕਹਿੰਦੇ ਉਹਦੀ ਪਰਸਨਲ ਲਾਈਫ ਹੈ, ਔਰ ਸ਼ਰਮ ਆਉਣੀ ਚਾਹੀਦੀ ਤੁਹਾਨੂੰ। ਤੁਸੀਂ ਕੀ ਪ੍ਰਮੋਟ ਕਰ ਰਹੇ ਹੋ, ਗੇ ਕਲਚਰ ਪ੍ਰਮੋਟ ਕਰ ਰਹੇ ਹੋ ਪੰਜਾਬ ਦੇ ਵਿੱਚ? ਇਹ ਹਲੇ ਕੋਈ ਲਾਅ ਨਹੀਂ ਬਣਿਆ, ਸੇਮ ਸੈਕਸ ਮੈਰਿਜਸ ਬੜੀ ਦੇਰ ਤੋਂ ਵਿਵਾਦਿਤ ਸਬਜੈਕਟ ਹੈਗਾ, ਉਹਦੇ ਤੇ ਸੁਪਰੀਮ ਕੋਰਟ ਹਲੇ ਸੋਚ ਰਿਹਾ ਕਿ ਅਸੀਂ ਇੰਡੀਆ ਵਰਗੇ ਜਿਹੜੀ ਜਿਹੜੀ ਸੱਭਿਆ ਜਿਹੜੀ ਸੱਭਿਅਤਾ ਜਿਹਦਾ ਸੱਭਿਆਚਾਰ ਗੇ ਕਲਚਰ ਦੇ ਸਖ਼ਤ ਖਿਲਾਫ ਆ, ਸਖ਼ਤ ਹਲੇ ਉਹ ਸੋਚ ਰਹੇ ਨੇ। ਚਲੋ ਠੀਕ ਆ, ਬਣ ਜਾਏਗਾ, ਮੈਂ ਨਹੀਂ ਕਹਿ ਸਕਦਾ ਪਾਰਲੀਮੈਂਟ ਬਣਾਉਣ ਦੀ, ਸੁਪਰੀਮ ਕੋਰਟ ਜਿਹੜਾ ਕਾਨੂੰਨ ਹੀ ਨਹੀਂ ਬਣਿਆ ਹਲੇ। ਅਕੋਰਡਿੰਗ ਟੂ ਦੈਟ ਇੰਡਲਜਿੰਗ ਇਨ ਗੇ ਐਕਟੀਵਿਟੀਜ਼ ਇਜ਼ ਇਟਸੈਲਫ ਇਲੀਗਲ। ਉੱਤੋਂ ਦੀ ਉਹ ਮੁੰਡਾ ਜਾ ਕੇ ਉੱਥੇ ਕਹਿ ਰਿਹਾ ਵਾ ਕਿ ਜੀ ਅਸੀਂ ਇਹ ਮੇਰਾ ਮਿਨਿਸਟਰ ਜਿਹੜਾ ਮੈਨੂੰ ਸ਼ਰਾਬ ਪਿਲਾ ਕੇ ਧਮਕਾ ਕੇ ਮੇਰੇ ਨਾਲ ਵੱਧ ਫੈਲੀ ਕਰਦਾ ਸੀਗਾ, ਕਿਸ ਆਧਾਰ ਦੇ ਉੱਤੇ ਕਟਾਰੂ ਚੱਕ ਨੂੰ ਤੁਸੀਂ ਰੱਖ ਰਹੇ? ਮੈਨੂੰ ਤਾਂ ਦਲੀਲ ਹੀ ਨਹੀਂ ਸਮਝ ਆਈ ਭਗਵੰਤ ਸਿੰਘ, ਭਗਵੰਤ ਮਾਨ ਤੇਰੀ, ਇੱਦਾਂ ਦੇ ਮੰਤਰੀ ਰੱਖੋਗੇ ਤੁਸੀਂ? ਔਰ ਦੂਸਰਾ ਕਿ SIT ਬਣਾਈ ਜੀ, ਔਰ ਇਹ ਮੈਂ ਪਿੱਛੇ ਲੈ ਕੇ ਜਾਣਾ ਚਾਹੁੰਦਾ, ਮੇਰੇ ਤੇ ਜਿਹੜੇ ਪਰਚੇ ਦਰਜ ਹੋ ਕਿਉਂ ਹੋਏ? ਕਿਉਂਕਿ ਮੈਂ ਆ ਇੱਕ ਇਹਦਾ ਕਟਾਰੂ ਚੱਕ ਦਾ ਜਿਹੜਾ ਗਦਰ ਮਚਾ ਰਿਹਾ, ਇਹ 2 ਵੀਡੀਓ ਕਲਿੱਪਸ ਦਿੱਤੇ ਗਵਰਨਰ ਨੂੰ। ਮੈਂ ਚਾਹੁੰਦਾ ਵੀਡੀਓ ਕਲਿੱਪ ਸਾਰੇ ਪਬਲਿਕ ਕਰ ਸਕਦਾ ਸੀ, ਪਰ ਨਹੀਂ, ਸਾਡੇ ਬੱਚਿਆਂ ਦੇ ਇਫੈਕਟ ਪੈਂਦਾ ਵਾ। ਗਵਰਨਰ ਨੇ ਉਹ ਫੋਰੈਂਸਿਕ ਲੈਬ ਤੋਂ ਤਸਦੀਕ ਕਰਾਏ ਨੇ ਵੀਡੀਓ ਕਲਿੱਪਸ, ਕਿ ਹਾਂ ਇਹ ਦੋਨੋਂ ਵੀਡੀਓ ਕਲਿੱਪਸ ਜੈਨੂਅਨ ਨੇ, ਔਥੈਂਟਿਕ ਨੇ, ਇਹਨਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ, ਕੋਈ ਐਡੀਟਿੰਗ ਨਹੀਂ ਕੀਤੀ। ਗਵਰਨਰ ਪੰਜਾਬ ਨੇ ਚਿੱਠੀ ਲਿਖ ਕੇ ਚੀਫ ਮਿਨਿਸਟਰ ਨੂੰ ਅੱਜ ਤੋਂ 10-12 ਦਿਨ ਪਹਿਲਾਂ ਦੀ ਭੇਜੀ ਹੋਈ ਆ, ਤੇ ਬੈਠੇ ਨੇ, ਆਖੇ ਜੀ SIT ਬਣਾਤੀ ਆ। ਔਰ SIT ਬਣਾਉਣ ਦਾ ਮਕਸਦ ਪਤਾ ਕੀ ਹੈ? ਕਿ ਕਿਸੇ ਤਰੀਕੇ ਨਾਲ ਉਸ ਜਿਹੜਾ ਕੰਪਲੇਂਟਰ ਨੂੰ ਕਬਜ਼ੇ ਕਰੀਏ ਆਪਾਂ, ਉਹਦੇ ਤੇ ਪ੍ਰੈਸ਼ਰ ਪਾਈਏ, ਕਿਉਂਕਿ ਗਰੀਬ ਆਦਮੀ ਆ, ਉਹਨੂੰ ਦਬਾਈਏ, ਉਹਨੂੰ ਧਮਕਾਈਏ, ਉਹਦੇ ਤੇ ਪਰਚਾ ਦਰਜ ਕਰੀਏ, ਤੇ ਮੁੜ ਕੇ ਕਹਿ ਦਈਏ ਜੀ ਕਿ ਮੇਰੇ ਕੋਲ ਜਿਹੜੀ ਕੰਪਲੇਂਟ, ਮੇਰੀ ਕੰਪਲੇਂਟ ਮੈਂ ਵਾਪਸ ਲੈਣਾ, ਜਾਂ ਮੇਰੇ ਨਾਲ ਮਿਨਿਸਟਰ ਨੇ ਕਦੀ ਕੋਈ ਬਦਫੈਲੀ ਨਹੀਂ ਕੀਤੀ। ਆਹ ਕਰਤੂਤ ਹੈ ਤੁਹਾਡੀ,
इस लड़ाई जारी रहे कि मैं अपनी पार्टी दे विच मता रखिया वा। कल साडे सत्कारयोग लीडर ऑफ अपोजिशन प्रताप सिंह बाजवा नाल असीं गल कीती आ, असीं चंद जल्द उन्हां नूं बेनती कीती कि इहदे ते कोई ना कोई एक्शन प्रोग्राम लॉन्च किया जाए, क्योंकि यह नहीं हो सकता, यह नहीं हो सकता कि साडा जिहड़ा चीफ मिनिस्टर सर्वेस करके कोई इलेक्शन उलूक्शन जित गया वा तो अपनी मर्जी करे ते एक इदां दे बद फैली करने वाले मिनिस्टर। और मैं जर्नलिस्ट से हैरान है, मीडिया से, मैं मीडिया नूं रिक्वेस्ट करना चाहुंदा कि तुसीं इन्हां नूं दलील ना पुछो। जदों कह दिंदा जी कि इहदा बहुत ही पर्सनल लाइफ नहीं की, पर्सनल लाइफ पहली गल तां पर्सनल लाइफ उत्थे हुंदी जदों दोनों पार्टनर्स ने विलिंग ने, फर्ज करो। यह तो बंदा शादीशुदा वा, इहदा अपना परिवार आ, एंड ही इज इंडल्जिंग इन, मैनूं पंजाबी समझ नहीं आउंदी गे नूं की कहिंदे ने, कदे गे कल्चर प्रमोट होया? अपने सारा इतिहास चक के देख लो, पढ़ाई कढ के देख लो, किथे लिखिया वा कि असीं गे कल्चर नूं सेम सैक्स मैरिजेस नूं जस्टिफाई कर रहे, सेम सैक्स नूं जस्टिफाई कर रहे हैं। सो इस करके मेरी यह अपील है, दलील है सारे पंजाब के लोगों नूं कि इदां दे गलत बंदियां नूं मत टॉलरेट करो, जिथे जांदा इहनूं सवाल पुछो ते घेरो। मीडिया नूं रिक्वेस्ट करूंगा, प्लीज आस्क दीज वैलिड क्वेश्चन वैन द कंप्लेनेंट हैज गॉन टू द शेड्यूल कास्ट कमीशन, वैन ही इज नॉट इन कंकरेंस, इज नॉट अग्रीएबल, ही इज अलेजिंग कि मेरा सेक्सुअल मिस एक्सप्लॉयटेशन हुई है, तो आप कही जाने जी उसकी पर्सनल लाइफ है, पर्सनल लाइफ है। ये चीफ मिनिस्टर साहब नूं इस गल्लां दा जवाब जनता की कचहरी में देना पवेगा। बस मैं जो मेरे मुकदमे मैं आपे चल लूंगा, वो तुम जो वाहगुरु की कृपा न और तुहाडियां अरदासां दे नाल सब कुछ ठीक हो जाएगा, मैनूं किसी तरह की कोई चिंता नहीं। और ये लड़ाई, धन्यवाद सुखपाल सिंह खेरा।